ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਉਡਾਣ ਇੰਸਟੀਟਿਊਟ ਬਠਿੰਡਾ ਦੇ ਵਿੱਚ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਪਿਛਲੇ ਦਿਨੀ ਆਪਣੇ ਇੰਸਟੀਟਿਊਸ਼ਨ ਵੱਲੋਂ ਇੱਕ ਟੈਸਟ ਲਿੱਤਾ ਗਿਆ ਸੀ, ਜਿਹੜਾ ਉਹ ਆਪਣੇ ਉਡਾਣ ਇੰਸਟੀਟਿਊਟ ਬਠਿੰਡਾ ਦੀ ਐਪ 'ਤੇ ਉਹ ਟੈਸਟ ਹੋਇਆ ਸੀ। ਤਾਂ ਉਸ ਟੈਸਟ ਨਾਲ ਜੁੜੇ ਹੋਏ ਕੁਐਸਚਨਸ, ਜੋ 75 ਕੁਐਸਚਨਸ ਉਸ ਟੈਸਟ ਦੇ ਵਿੱਚ ਅਸੀਂ ਹਿਸਟਰੀ ਦੇ ਪਾਏ ਸੀ ਅਤੇ 75 ਕੁਐਸਚਨਸ ਪੋਲਿਟੀ ਦੇ, ਤਾਂ ਉਹਨਾਂ ਦੇ ਵਿੱਚੋਂ ਜਿਹੜਾ ਆਪਣਾ ਹਿੱਸਾ, ਮਤਲਬ ਕਿ ਹਿਸਟਰੀ ਦੇ 75 ਕੁਐਸਚਨਸ ਨੇ ਜਿਹੜੇ, ਉਹਨਾਂ ਨੂੰ ਆਪਾਂ ਅੱਜ ਡਿਸਕਸ ਕਰਾਂਗੇ। ਉਹਨਾਂ 'ਚੋਂ ਇਹ 75 ਕੁਐਸਚਨਸ ਨੂੰ ਅਸੀਂ ਦੋ ਪਾਰਟਸ ਦੇ ਵਿੱਚ ਡਿਸਕਸ ਕਰ ਰਹੇ ਹਾਂ। ਸੋ ਆਪਾਂ ਕਰਦੇ ਹਾਂ ਸ਼ੁਰੂ। ਇਹ ਟੈਸਟ ਹੋਇਆ ਸੀਗਾ ਉਡਾਣ ਇੰਸਟੀਟਿਊਟ ਵੱਲੋਂ, ਸਾਡੀ ਉਡਾਣ ਇੰਸਟੀਟਿਊਟ ਬਠਿੰਡਾ ਦੀ ਐਪ 'ਤੇ। ਤਾਂ ਤੁਸੀਂ ਸਾਡੇ ਨਾਲ ਐਪ 'ਤੇ ਵੀ ਜੁੜ ਸਕਦੇ ਹੋ। ਉਡਾਣ ਇੰਸਟੀਟਿਊਟ ਬਠਿੰਡਾ ਲੋਗੋ ਦੀ ਪਛਾਣ ਰੱਖਣੀ ਆ ਤੁਸੀਂ, ਇਸ ਲੋਗੋ ਦੀ ਐਪ ਨੂੰ ਤੁਸੀਂ ਡਾਊਨਲੋਡ ਕਰਨਾ। ਤਾਂ ਉੱਥੇ ਅਸੀਂ ਵੱਖ ਵੱਖ ਜਿਹੜਾ ਹੈਗਾ ਟੈਸਟਸ ਜਾਂ ਸੀਰੀਜ਼ ਨੂੰ ਚਲਾਉਣੇ ਰਹਿੰਦੇ ਹਾਂ, ਜੋ ਕੁਛ ਫ੍ਰੀ ਨੇ ਕੁਛ ਪੇਡ ਵੀ ਨੇ। ਉਹਨਾਂ ਦੇ ਜਿਹੜੇ ਉਹਨਾਂ ਸੀਰੀਜ਼ ਨੂੰ ਤੁਸੀਂ ਦੇਖ ਸਕਦੇ ਹੋ। ਜਿਵੇਂ ਇਹ ਟੈਸਟ ਸੀਗਾ ਜਿਹੜਾ ਸਾਡਾ, ਇਹ ਅਸੀਂ ਫ੍ਰੀ ਟੈਸਟ ਰੱਖਿਆ ਸੀ, ਇਹਦਾ ਲਿੰਕ ਆ ਜਿਹੜਾ ਉਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਤਾ, ਸਾਡੀ ਐਪ ਦਾ ਲਿੰਕ। ਤਾਂ ਤੁਸੀਂ ਉੱਥੋਂ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਸਾਡੇ ਨਾਲ ਜੁੜ ਸਕਦੇ ਹੋ। ਕੋਰਸਿਸ ਵੀ ਪਰਚੇਜ ਕਰ ਸਕਦੇ ਹੋ, ਕੁਛ ਮਟੀਰੀਅਲ ਫ੍ਰੀ ਆ, ਤੁਸੀਂ ਉਹ ਵੀ ਲੈ ਸਕਦੇ ਹੋ। ਅਤੇ ਅਸੀਂ ਆਸ ਆ ਮੈਨੂੰ ਕਿ ਤੁਸੀਂ ਸਾਡੀ ਸਬਸਕ੍ਰਿਪਸ਼ਨ ਨੂੰ ਵਧਾ ਰਹੇ ਹੋਵੋਗੇ, ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਸਾਡੇ ਨਾਲ ਜੁੜ ਰਹੇ ਹੋਣਗੇ, ਤਾਂ ਕਿ ਆਪਾਂ ਰਲ ਮਿਲ ਕੇ ਜਿਹੜਾ ਹੈਗਾ ਕੁਛ ਅੱਛਾ ਸਿੱਖ ਸਕੀਏ, ਅੱਛੀ ਡਿਸਕਸ਼ਨ ਕਰ ਸਕੀਏ। ਤਾਂ ਪਲੀਜ਼ ਸਬਸਕ੍ਰਾਈਬ ਕਰਦੇ ਰਹੋ ਸਾਡੇ ਚੈਨਲ ਨੂੰ, ਸ਼ੇਅਰ ਕਰਦੇ ਰਹੋ, ਸਾਨੂੰ ਤੁਹਾਡੀ ਮਦਦ ਦੀ ਲੋੜ ਆ। ਤਾਂ ਚਲੋ ਜੀ, ਆਪਾਂ ਚੱਲੀਏ ਇਤਿਹਾਸ ਵੱਲ ਨੂੰ। ਅਤੇ ਇਤਿਹਾਸ ਵੱਲ ਨੂੰ ਅਸੀਂ ਇੰਡੀਆ ਦੀ ਪਹਿਲੀ ਸਿਵਲਾਈਜੇਸ਼ਨ ਨੂੰ ਲੈ ਕੇ ਜਿਹੜਾ ਪਹਿਲਾ ਕੁਐਸਚਨ ਸਾਡੇ ਸਾਹਮਣੇ ਆ, ਇਹ ਕੁਐਸਚਨ ਹੈ ਜੀ, ਇੰਡਸ ਵੈਲੀ ਸਿਵਲਾਈਜੇਸ਼ਨ ਜਾਂ ਇੰਡਸ ਸਿਵਲਾਈਜੇਸ਼ਨ ਕਿਹੜੇ ਹਿਸਟਰੀ ਦੇ ਕਿਹੜੇ ਸਮੇਂ ਨਾਲ ਜੁੜੀ ਹੋਈ ਹੈ, ਕਿਹੜੀ ਏਜ ਨਾਲ ਜੁੜੀ ਹੋਈ ਹੈ। ਤਾਂ ਜਦੋਂ ਆਪਾਂ ਹਿਸਟਰੀ ਦੀ ਇੰਟਰੋਡਕਸ਼ਨ ਕੀਤੀ ਸੀਗੀ ਇਸ ਲੈਕਚਰਾਰ ਅਤੇ ਮਾਸਟਰ ਗੇਟਰ ਦੇ ਪੁਆਇੰਟ ਆਫ ਵਿਊ ਤੋਂ, ਆਪਾਂ ਲੈਕਚਰ ਜਿਹੜੇ ਸਾਡਾ ਬੈਚ ਚੱਲ ਰਿਹਾ ਉਹਦੇ 'ਚ, ਤਾਂ ਅਸੀਂ ਕੀ ਗੱਲ ਕੀਤੀ ਸੀ ਕਿ ਹਿਸਟਰੀ ਨੂੰ ਨਾ ਤਿੰਨ ਚਾਰ ਪਾਰਟਸ ਦੇ ਵਿੱਚ ਵੰਡਿਆ ਜਾਂਦਾ, ਜਿਵੇਂ ਪ੍ਰੀ ਹਿਸਟੋਰਿਕ ਏਜ ਆ, ਪ੍ਰੋਟੋ ਹਿਸਟੋਰਿਕ ਏਜ ਆ, ਹਿਸਟੋਰਿਕ ਏਜ ਆ, ਪੋਸਟ ਹਿਸਟੋਰਿਕ ਏਜ ਆ, ਹੈ ਨਾ। ਤਾਂ ਇਹਦੇ ਵਿੱਚ ਪ੍ਰੀ ਹਿਸਟੋਰਿਕ ਏਜ ਉਹ ਏਜ ਹੁੰਦੀ ਹੈ ਜਿਸ ਦੇ ਵਿੱਚ ਕੋਈ ਲੈਂਗੁਏਜ ਨਹੀਂ ਹੁੰਦੀ, ਹੈ ਨਾ, ਕੋਈ ਭਾਸ਼ਾ ਨਹੀਂ ਹੁੰਦੀ। ਤਾਂ ਸਾਨੂੰ ਜਿਹੜੇ ਸੋਰਸਿਸ ਨੇ ਜਿੱਥੋਂ ਸਾਨੂੰ ਹਿਸਟਰੀ ਦਾ ਪਤਾ ਲੱਗਦਾ, ਜਿਵੇਂ ਕਿ ਪੱਥਰ ਯੁੱਗ ਦੇ ਵਿੱਚ ਪੱਥਰ ਆ, ਫੋਸਿਲਸ ਨੇ ਕੋਈ ਹੱਡੀਆਂ ਵਗੈਰਾ, ਹੈ ਨਾ, ਉਹਨਾਂ ਤੋਂ ਸਾਨੂੰ ਪਤਾ ਲੱਗਦਾ। ਪ੍ਰੋਟੋ ਹਿਸਟੋਰਿਕ ਪੀਰੀਅਡ ਉਹ ਆ ਜਿਸ ਦੇ ਵਿੱਚ ਲੈਂਗੁਏਜ ਤਾਂ ਹੁੰਦੀ ਆ ਪਰ ਅਸੀਂ ਉਸ ਲੈਂਗੁਏਜ ਨੂੰ ਪੜ੍ਹ ਨਹੀਂ ਸਕੇ। ਤਾਂ ਇੰਡਸ ਵੈਲੀ 'ਚ ਵੀ ਸੇਮ ਹੀ ਹੋਇਆ ਕਿ ਭਾਸ਼ਾ ਤਾਂ ਉਹਨਾਂ ਦੀ ਸਾਨੂੰ ਮਿਲੀ ਆ, ਲਗਭਗ 600 ਸਿੰਬਲਸ ਮਿਲੇ ਨੇ, ਪਿਕਟੋਰੀਅਲ ਅਸੀਂ ਲੈਂਗੁਏਜ ਉਹਨੂੰ ਬੋਲਦੇ ਹਾਂ ਪਰ ਅਸੀਂ ਉਹਨੂੰ ਪਿਕਟੋਗ੍ਰਾਫਿਕ ਬੋਲਦੇ ਹਾਂ, ਬੇਸਿਕਲੀ ਅਸੀਂ ਉਹਨੂੰ ਪੜ੍ਹ ਨਹੀਂ ਸਕੇ। ਤਾਂ ਇਹ ਇੰਡਸ ਵੈਲੀ ਸਿਵਲਾਈਜੇਸ਼ਨ ਪ੍ਰੋਟੋ ਹਿਸਟੋਰਿਕ ਟਾਈਮ ਨਾਲ ਜੁੜੀ ਹੋਈ ਸਿਵਲਾਈਜੇਸ਼ਨ ਆ। ਅਤੇ ਹਿਸਟੋਰਿਕ ਏਜ ਉਹ ਏਜ ਹੁੰਦੀ ਹੈਗੀ ਜੋ ਜਿਸ ਦੇ ਬਾਰੇ ਸਾਨੂੰ, ਜਿੱਥੋਂ ਸਾਨੂੰ ਲੈਂਗੁਏਜ ਵੀ ਮਿਲਦੀ ਆ ਅਤੇ ਅਸੀਂ ਉਹਨੂੰ ਪੜ੍ਹ ਵੀ ਸਕਦੇ ਹਾਂ, ਜਿਵੇਂ ਕਿ ਵੈਦਿਕ ਏਰਾ। ਤਾਂ ਪਹਿਲੇ ਦਾ ਜਿਹੜੀ ਸਹੀ ਆਪਸ਼ਨ ਉਹ ਬੀ ਆ ਜੀ। ਅੱਗੇ ਜੀ, ਇੰਡਸ ਵੈਲੀ ਸਿਵਲਾਈਜੇਸ਼ਨ ਨੌਨ ਆਰੀਅਨ ਸਿਵਲਾਈਜੇਸ਼ਨ ਆ। ਕਿਉਂ ਨੌਨ ਆਰੀਅਨ ਸਿਵਲਾਈਜੇਸ਼ਨ? ਤਾਂ ਇਹਦੇ 'ਚ ਸਭ ਤੋਂ ਇੰਪੋਰਟੈਂਟ ਚੀਜ਼, ਜੇ ਤੁਸੀਂ ਇੱਕ ਫਰਕ, ਜਿਹੜੀ ਆਰੀਅਨ ਸਿਵਲਾਈਜੇਸ਼ਨ ਹੁੰਦੀਆਂ ਨਾ ਉਹ ਪੇਂਡੂ ਸਿਵਲਾਈਜੇਸ਼ਨ ਆ, ਵੈਦਿਕ ਏਰਾ ਵਾਲੀ ਪਿੰਡਾਂ ਦੀ ਸਿਵਲਾਈਜੇਸ਼ਨ ਆ, ਅਤੇ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਆ ਉਹ ਸ਼ਹਿਰੀ ਸਿਵਲਾਈਜੇਸ਼ਨ ਆ। ਤਾਂ ਇਸ ਚੀਜ਼ ਨੂੰ ਜਿਹੜਾ ਹੈਗਾ ਇਸ ਕਨਸੈਪਟ ਨੂੰ ਕਲੀਅਰ ਕਰਦਾ ਕਿ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਉਹ ਨੌਨ ਆਰੀਅਨ ਸੀ, ਕਿਉਂਕਿ ਇਟ ਵਾਜ਼ ਅਰਬਨ ਸਿਵਲਾਈਜੇਸ਼ਨ। ਤਾਂ ਇਹ ਇੱਕ ਸ਼ਹਿਰੀ ਸਭਿਅਤਾ ਸੀ, ਇਹੀ ਚੀਜ਼ ਜਿਹੜੀ ਹੈਗੀ ਆ ਕਲੀਅਰ ਕਰਦੀ ਹੈ ਕਿ ਇਹ ਨੌਨ ਆਰੀਅਨ, ਆਰੀਅਨਾਂ ਦੀ ਸਭਿਅਤਾ ਨਹੀਂ ਸੀ, ਕਿਉਂਕਿ ਆਰੀਅਨਾਂ ਨੇ ਪੇਂਡੂ ਸਭਿਅਤਾ ਵਸਾਈ ਆ, ਨਾ ਕਿ ਸ਼ਹਿਰੀ। ਤਾਂ ਇਹ ਆਪਸ਼ਨ ਇਹਦੀ ਸਹੀ ਆਪਸ਼ਨ ਆ। ਅੱਗੇ ਚੱਲਦੇ ਹਾਂ ਜੀ, ਟੈਰਾਕੋਟਾ ਪਲੋ। ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚੋਂ ਟੈਰਾਕੋਟਾ ਕਿਹੜੀ ਟੈਕਨੀਕ ਹੁੰਦੀ ਆ ਕਿ ਜਦੋਂ ਕਿਸੇ ਚੀਜ਼ ਨੂੰ ਮਿੱਟੀ ਦਾ ਬਣਾ ਕੇ ਉਹਨੂੰ ਅੱਗ ਦੇ ਵਿੱਚ ਪਕਾ ਲਿਆ ਜਾਂਦਾ, ਜਿਵੇਂ ਕਿ ਅੱਜ ਸਾਡੇ ਅੱਜ ਕੱਲ੍ਹ ਤੌੜੇ ਕਹਿ ਦਿੰਦੇ ਹਾਂ, ਘੜੇ ਕਹਿ ਦਿੰਦੇ ਹਾਂ ਆਪਾਂ, ਮਟਕੇ ਕਹਿ ਦਿੰਦੇ ਹਾਂ, ਉਹ ਚੀਜ਼ ਟੈਰਾਕੋਟਾ ਟੈਕਨੀਕ ਨਾਲ ਬਣੀ ਹੋਈ ਹੈਗੀ ਹੈਗੀ, ਹੈ ਨਾ। ਤਾਂ ਟੈਰਾਕੋਟਾ ਜਿਹੜਾ ਪਲਾਉ ਸਾਨੂੰ ਕਿੱਥੋਂ ਮਿਲਿਆ? ਉਹ ਸਾਨੂੰ ਬਨਵਾਲੀ ਤੋਂ ਮਿਲਿਆ। ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਉਹ ਸਾਈਟ ਜੋ ਪੇਂਡੂ ਸਾਈਟ ਆ ਇੱਕੋ ਇੱਕ, ਹੈ ਨਾ, ਬਾਕੀ ਸਾਰੀਆਂ ਸ਼ਹਿਰੀ ਸਾਈਟਸ ਨੇ, ਤਾਂ ਪੇਂਡੂ ਸਾਈਟ ਬਨਵਾਲੀ ਤੋਂ ਮਿਲਿਆ ਜੀ ਸਾਨੂੰ ਇਹ।
ਅੱਗੇ ਜਿਹੜਾ ਹੜੱਪਾ ਸਭਿਅਤਾ ਦਾ ਕਿਹੜਾ ਸ਼ਹਿਰ ਆ ਜਿਹੜਾ ਪਾਰਟਸ ਦੇ ਵਿੱਚ ਆ, ਤਾਂ ਇਹ ਤੁਸੀਂ ਜਾਣਦੇ ਹੋ ਧੌਲਾਵੀਰਾ। ਧੌਲਾਵੀਰਾ ਤਿੰਨ ਪਾਰਟਸ ਦੇ ਵਿੱਚ ਵੰਡਿਆ ਹੋਇਆ ਸ਼ਹਿਰ ਆ, ਅਪਰ ਪਾਰਟ, ਮਿਡਲ ਪਾਰਟ ਤੇ ਡਾਊਨ ਪਾਰਟ। ਜ਼ਿਆਦਾਤਰ ਸ਼ਹਿਰ ਦੋ ਹਿੱਸਿਆਂ ਦੇ ਵਿੱਚ ਵੰਡੇ ਹੋਏ ਨੇ। ਧੌਲਾਵੀਰਾ ਮਸ਼ਹੂਰ ਆ ਆਪਦੇ ਡਰੇਨ ਸਿਸਟਮ ਲਈ, ਠੀਕ ਹੈ ਜੀ। ਧੌਲਾਵੀਰਾ ਮਸ਼ਹੂਰ ਆ ਰੌਕ ਕੱਟ ਲੇਕਸ ਲਈ, ਹਨਾ, ਤਾਂ ਸਟੋਰੇਜ ਪਾਣੀ ਦੀ ਲਈ ਧੌਲਾਵੀਰਾ ਬਹੁਤ ਮਸ਼ਹੂਰ ਆ। ਤਾਂ ਇਸ ਕੁਐਸਚਨ ਦਾ ਆਂਸਰ ਆ ਜਿਹੜਾ ਸੀ ਸਹੀ ਆ। ਅੱਗੇ ਚੱਲਦੇ ਹਾਂ ਜੀ। ਅਰਲੀਅਸਟ ਐਵੀਡੈਂਸ ਆਫ ਯੂਜ਼ ਆਫ ਆਇਰਨ, ਲੋਹੇ ਨੂੰ ਵਰਤਣ ਦੇ ਸਭ ਤੋਂ ਪ੍ਰਾਂਤਨ ਜਿਹੜੇ ਹੈਗੇ ਆ ਸਰੋਤ, ਜਾਂ ਕਿਹੜੀ ਜਗ੍ਹਾ ਤੋਂ ਸਾਨੂੰ ਸਬੂਤ ਮਿਲੇ ਨੇ ਜਿੱਥੇ ਲੋਹੇ ਦੀ ਸਭ ਤੋਂ ਪ੍ਰਾਂਤਨ ਹੋਣ ਦੀ ਪਛਾਣ ਮਿਲਦੀ ਆ, ਤਾਂ ਉਹ ਅਤਰੰਜੀ ਖੇੜਾ। ਲਗਭਗ 1100 BC ਦੇ ਵਿੱਚ ਸਾਨੂੰ ਅਤਰੰਜੀ ਖੇੜਾ ਤੋਂ ਸਭ ਤੋਂ ਪ੍ਰਾਂਤਨ ਲੋਹੇ ਦੇ ਅੰਸ਼ ਮਿਲਦੇ ਨੇ, ਹਨਾ। ਤਾਂ ਲੋਹੇ ਨੂੰ ਤਾਂ ਕਰਕੇ ਅਸੀਂ ਲੇਟਰ ਵੈਦਿਕ ਏਰਾ ਨਾਲ ਜੋੜ ਦਿੰਦੇ ਹਾਂ। ਤਾਂ ਉਪਨਿਸ਼ਦ, ਮੇਨ ਥੀਮ ਆਫ ਉਪਨਿਸ਼ਦ, ਉਪਨਿਸ਼ਦਾਂ ਦਾ ਮੇਨ ਥੀਮ ਕੀ ਆ ਜੀ, ਹਨਾ, ਬੇਸਿਕਲੀ ਜਿਹਨੂੰ ਕਹਿੰਦੇ ਨੇ ਆਪਾਂ ਨਿਚੋੜ ਕੀ ਆ ਉਪਨਿਸ਼ਦ ਦਾ, ਸੋਸ਼ਲ ਸਟਰਕਚਰ ਆ, ਲਾਅ ਆ, ਫਿਲੋਸਫੀ ਆ, ਸਟੇਟ ਆ। ਤਾਂ ਉਪਨਿਸ਼ਦ ਫਿਲੋਸਫੀ ਆ ਜੀ। ਕਿਹਦੇ ਨਾਲ ਜੁੜੀ ਹੋਈ ਫਿਲੋਸਫੀ ਆ? ਵੇਦਾਂ ਨਾਲ। ਵੇਦਾਂ ਦੇ ਵਿੱਚ ਜੋ ਸੋਚ, ਜੋ ਕਨਸੈਪਟ, ਸੋਚ ਇੱਕ ਜਿਹਨੂੰ ਕਹਿੰਦੇ ਨੇ ਤੁਸੀਂ ਕਿ ਇੱਕ ਵਿਚਾਰਾਂ ਦਾ ਜਿਹੜਾ ਸੰਗ੍ਰਹਿ ਆ, ਵੇਦਾਂ ਦੇ ਵਿੱਚ ਜੋ ਫਿਲੋਸਫੀ ਸੋਚ ਦਿੱਤੀ ਗਈ ਉਹਦਾ ਨਿਚੋੜ ਕੱਢ ਕੇ ਉਪਨਿਸ਼ਦਾਂ ਦੇ ਵਿੱਚ ਲਿਖਿਆ ਗਿਆ। ਜਿਵੇਂ ਲਾਅ ਦੀ ਗੱਲ ਕਰਦੇ ਹਾਂ, ਲਾਅ 'ਚ ਜਿਹੜਾ ਹੈਗਾ ਮਨੂ ਨੇ ਜੋ ਮਨੂ ਸਮ੍ਰਿਤੀ ਦਿੱਤੀ ਆ ਉਹਦੀ ਗੱਲ ਕਰਦੇ ਹਾਂ ਆਪਾਂ, ਹਨਾ। ਤਾਂ ਉਪਨਿਸ਼ਦ ਆ ਜਿਹੜੇ ਉਹ ਫਿਲੋਸਫੀ ਨਾਲ ਜੁੜੇ ਹੋਏ ਨੇ। ਦ ਵੈਦਿਕ ਕੁੱਬਹ ਇੱਕ ਨਦੀ ਦਾ ਨਾਮ ਆ। ਆਪਾਂ ਗੱਲ ਕੀਤੀ ਆ ਕਿ ਰਿਗਵੇਦ ਦੇ ਵਿੱਚ ਕਈ ਸਾਰੀਆਂ ਨਦੀਆਂ ਦਾ ਵਰਣਨ ਆਉਂਦਾ ਗਾ, ਹਨਾ, ਉਹਦੇ 'ਚ ਕੁੱਬਹ ਵੀ ਇੱਕ ਨਦੀ ਹੈ। ਇਹ ਕਿਹਦੇ ਨਾਲ ਸੰਬੰਧਿਤ ਆ ਇਹਨਾਂ 'ਚੋਂ? ਤਾਂ ਇਹ ਅਫਗਾਨਿਸਤਾਨ ਨਾਲ ਸੰਬੰਧਿਤ ਆ ਜੀ। ਇਹ ਆਪਸ਼ਨ ਸਹੀ ਆਪਸ਼ਨ ਆ, ਕਿਉਂਕਿ ਕਾਬੁਲ ਜਿਹੜਾ ਸ਼ਹਿਰ ਆ ਉਹ ਕੁੱਬਹ ਨਦੀ ਦੇ ਕੰਢੇ 'ਤੇ ਹੀ ਵਸਿਆ ਗਾ, ਹਨਾ, ਤਾਂ ਅਫਗਾਨਿਸਤਾਨ ਨਾਲ। ਹਾਂਜੀ, ਰਿਗਵੇਦ ਦੇ ਵਿੱਚ ਇੱਕ ਸ਼ਬਦ ਆ ਪਨੀ। ਪਨੀ ਸ਼ਬਦ ਦਾ ਮਤਲਬ ਕੀ ਆ ਬੇਸਿਕਲੀ, ਜੋ ਰਿਗਵੇਦ ਦੇ ਵਿੱਚ ਸ਼ਬਦ ਆ, ਤੇ ਪਨੀ ਸ਼ਬਦ ਦਾ ਮਤਲਬ ਹੈਗਾ ਜੀ ਵਪਾਰੀ, ਵਪਾਰ ਕਰਨ ਜੋ ਜਾਂਦੇ ਨੇ ਉਹਨਾਂ ਨੂੰ ਪਨੀ ਕਿਹਾ ਜਾਂਦਾ ਗਾ, ਹਨਾ, ਰਿਗਵੇਦ 'ਚ ਇਹ ਸ਼ਬਦ ਮੈਂਸ਼ਨਡ ਆ। ਅੱਗੇ ਹੈਗਾ ਜੀ ਗੌਤਮ ਬੁੱਧਾ ਗੇਵ ਦਾ ਫਸਟ ਸਰਮਨ, ਪਹਿਲਾ ਉਪਦੇਸ਼ ਗੌਤਮ ਬੁੱਧਾ ਨੇ ਕਿੱਥੇ ਦਿੱਤਾ, ਜਿਹਨੂੰ ਧਰਮ ਚੱਕਰ ਪਰਿਵਰਤਨ ਕਿਹਾ ਜਾਂਦਾ, ਤੇ ਉਹ ਤੁਸੀਂ ਜਾਣਦੇ ਹੋ ਸਾਰਨਾਥ ਦੇ ਵਿੱਚ ਪਹਿਲਾ ਉਪਦੇਸ਼ ਦਿੱਤਾ, ਹਨਾ, ਡੀਅਰ ਪਾਰਕ, ਮ੍ਰਿਗ ਬਾਗ ਦੇ ਵਿੱਚ, ਸਾਰਨਾਥ ਦੇ ਵਿੱਚ ਪਹਿਲਾ ਉਪਦੇਸ਼ ਗੌਤਮ ਬੁੱਧਾ ਨੇ ਦਿੱਤਾ ਸੀਗਾ, ਠੀਕ ਹੈ ਜੀ। ਨੈਕਸਟ ਹੈਗਾ ਜੀ, ਨਿਮਨਲਿਖਤ ਵਿੱਚੋਂ ਕਿਸਨੇ ਪਹਿਲੀ ਬੋਧੀ ਸਭਾ ਦਾ ਆਯੋਜਨ ਕੀਤਾ ਸੀਗਾ, ਠੀਕ ਹੈ ਜੀ, ਪਹਿਲੀ ਬੋਧੀ ਸਭਾ? ਤਾਂ ਮਹਾਕਸ਼ਪ, ਬੀ ਆਪਸ਼ਨ ਸਹੀ ਆਪਸ਼ਨ ਆ, ਮਹਾਕਸ਼ਪ। ਮੋਂਗਲੀ ਦੁੱਤਿਸ਼ ਨੇ ਅਸ਼ੋਕ ਵੇਲੇ ਆਪਣਾ ਬੋਧੀ ਸਭਾ ਦੀ ਪ੍ਰਧਾਨਗੀ ਕੀਤੀ ਸੀ, ਤੇ ਮਹਾਕਸ਼ਪ ਨੇ ਪਹਿਲੀ ਬੋਧੀ ਸਭਾ ਦੀ ਜੋ ਹੈ ਪ੍ਰਧਾਨਗੀ ਉਹ ਕੀਤੀ ਸੀਗੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਸਾਡੇ ਕੋਲ ਹੈ, ਤੀਸਰੀ ਬੋਧੀ ਸਭਾ ਕਿੱਥੇ ਹੋਈ ਸੀਗੀ ਜੀ, ਠੀਕ ਹੈ ਜੀ। ਤਾਂ ਤੀਸਰੀ ਬੋਧੀ ਸਭਾ ਜਿਹੜੀ ਹੈਗੀ ਆ ਉਹ ਪਾਟਲੀ ਪੁੱਤਰ ਦੇ ਵਿੱਚ ਹੋਈ ਸੀ, ਜਿਹੜੀ ਜਿਹਦੀ ਪ੍ਰਧਾਨਗੀ ਮੋਂਗਲੀ ਦੁੱਤਿਸ਼ ਨੇ ਕੀਤੀ ਸੀ। ਮੌਰੀਅਨ ਰਾਜਾ ਅਸ਼ੋਕ ਦੇ ਵੇਲੇ ਸਭਾ ਹੋਈ ਸੀ, ਸਭ ਤੋਂ ਲੰਮੀ ਚੱਲਣ ਵਾਲੀ ਸਭਾ ਇਹ, ਠੀਕ ਹੈ ਜੀ। ਪਾਟਲੀ ਪੁੱਤਰ ਦੇ ਵਿੱਚ ਇਹ ਸਭਾ ਹੋਈ ਸੀਗੀ। ਅੱਛਾ ਜੀ, ਜਿਹੜਾ ਚੀਨੀ ਯਾਤਰੀ ਹਿਊਨਸਾਂਗ ਨੇ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਸੀ, ਤਾਂ ਕਿਹੜੀ ਯੂਨੀਵਰਸਿਟੀ ਵਿੱਚ ਚੀਨੀ ਯਾਤਰੀ ਹਿਊਨਸਾਂਗ ਨੇ ਪੜ੍ਹਾਈ ਕੀਤੀ ਸੀ? ਤਾਂ ਹਿਊਨਸਾਂਗ ਨੇ ਨਲੰਦਾ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਸੀ ਜੀ, ਜਿਹੜੀ ਅੱਜ ਕੱਲ੍ਹ ਬਿਹਾਰ 'ਚ ਆ, ਜਿਹੜੀ ਬੁੱਧਿਜ਼ਮ ਦੇ ਵਿੱਚੋਂ ਮਹਾਯਾਨ ਨਾਲ ਰਿਲੇਟਡ ਐਜੂਕੇਸ਼ਨ ਆ ਜਿਹੜੀ ਉਹ ਨਲੰਦਾ ਯੂਨੀਵਰਸਿਟੀ ਦੇ ਵਿੱਚ ਹੁੰਦੀ ਸੀ। ਅੱਗੇ ਜੀ, ਭਾਰਤ ਵਿੱਚ ਹਿਊਨਸਾਂਗ ਦੇ ਦੌਰੇ ਦੌਰਾਨ ਸੂਤੀ ਕੱਪੜਿਆਂ ਦੇ ਉਤਪਾਦਨ ਲਈ ਸਭ ਤੋਂ ਮਸ਼ਹੂਰ ਸ਼ਹਿਰ ਕਿਹੜਾ? ਹਿਊਨਸਾਂਗ ਨੇ ਇਸ ਨੂੰ ਡਿਸਕ੍ਰਾਈਬ ਕੀਤਾ ਹੋਇਆ ਕਿ ਮਥੁਰਾ। ਮਥੁਰਾ ਭਾਰਤ ਦੇ ਵਿੱਚ ਸੂਤੀ ਕੱਪੜੇ ਲਈ ਸਭ ਤੋਂ ਮਸ਼ਹੂਰ ਜਗ੍ਹਾ ਹੈਗੀ ਆ, ਠੀਕ ਹੈ ਜੀ, ਹਿਊਨਸਾਂਗ ਦੇ ਸਮੇਂ। ਕੈਲਾਸ਼ ਟੈਂਪਲ ਆ ਜਿਹੜਾ ਉਹ ਇਹਨਾਂ 'ਚੋਂ ਕਿਹਨਾਂ ਨੇ ਬਣਾਇਆ ਸੀਗਾ? ਕੈਲਾਸ਼ ਟੈਂਪਲ ਅਲੋਰਾ ਦੇ ਵਿੱਚ, ਅਲੋਰਾ ਤੇ ਜਨਤਾ ਦੀਆਂ ਗੁਫਾਵਾਂ ਤੁਸੀਂ ਜਾਣਦੇ ਹੋ। ਅਲੋਰਾ ਦੇ ਵਿੱਚ ਕੈਲਾਸ਼ ਟੈਂਪਲ ਨੂੰ ਕਿਹਨੇ ਬਣਾਇਆ ਸੀ? ਰਾਸ਼ਟਰਕੂਟ ਨੇ ਬਣਾਇਆ ਸੀਗਾ ਜੀ, ਕ੍ਰਿਸ਼ਨ ਪਹਿਲੇ ਨੇ। ਕ੍ਰਿਸ਼ਨ ਫਸਟ ਨੇ ਕੈਲਾਸ਼ ਟੈਂਪਲ ਬਣਾਇਆ ਸੀਗਾ ਅਲੋਰਾ ਦੇ ਵਿੱਚ, ਠੀਕ ਹੈ ਜੀ। ਮਹਾਬਲੀਪੁਰਮ ਦਾ ਜਿਹੜਾ ਰੌਕ ਕੱਟ ਟੈਂਪਲ ਆ, ਪਰਬ
ਪਹਾੜਾਂ ਨੂੰ ਪਰਬਤਾਂ ਨੂੰ ਕੱਟ ਕੇ ਬਣਾਇਆ ਗਿਆ ਟੈਂਪਲਾ ਮਹਾਬਲੀਪੁਰਮ ਦੇ ਵਿੱਚ, ਉਹ ਕਿਹਨੇ ਬਣਾਇਆ ਸੀ ਜੀ? ਉਹ ਪੱਲਵਾਂ ਨੇ ਬਣਾਇਆ ਸੀਗਾ ਜੀ, ਰੌਕ ਕੱਟ ਟੈਂਪਲ ਪੱਲਵਾਂ ਨੇ ਬਣਾਇਆ ਮਹਾਬਲੀਪੁਰਮ ਚ। ਤਾਂ ਇਹਦੀ ਜਿਹੜੀ ਸਹੀ ਆਪਸ਼ਨ ਹੈਗੀ ਹੈ ਜੀ, ਉਹ ਏ ਆਪਸ਼ਨ ਸਹੀ ਆਪਸ਼ਨ ਹੈ। ਹਾਂਜੀ, ਮੁਹੰਮਦ ਬਿਨ ਕਾਸਿਮ ਨੇ ਸਿੰਧ ਨੂੰ ਕਦੋਂ ਜਿੱਤਿਆ? ਇਹ ਬੜਾ ਇੰਪੋਰਟੈਂਟ ਆ। ਇਸ ਹਮਲੇ ਦੇ ਨਾਲ ਹੀ ਏਸ਼ੀਅੰਟ ਹਿਸਟਰੀ ਤੇ ਮੈਡੀਵਲ ਹਿਸਟਰੀ ਦਾ ਜਿਹੜਾ ਵਿਚਕਾਰਲਾ ਬਿੰਦੂ ਹੈ, ਬਿਲਕੁਲ ਬਾਰਡਰ ਲਾਈਨ ਤੇ ਹੈ ਇਹ, ਕਿਉਂਕਿ ਇਸ ਹਮਲੇ ਤੋਂ ਬਾਅਦ ਹੀ ਸਾਡੇ ਹਿਸਟੋਰੀਅਨਸ ਨੇ ਕਿਹਾ ਕਿ ਹੁਣ ਜੀ ਮੈਡੀਵਲ ਹਿਸਟਰੀ ਸ਼ੁਰੂ ਹੋ ਗਈ, ਕਿਉਂਕਿ ਇਸ ਹਮਲੇ ਦੇ ਨਾਲ ਹੀ ਇਸਲਾਮਿਕ ਮੁਸਲਿਮ ਹਮਲੇ ਸ਼ੁਰੂ ਹੋ ਗਏ, ਧਾੜਵੀ ਆਉਣੇ ਸ਼ੁਰੂ ਹੋ ਗਏ ਇੱਥੇ, ਜਿਨ੍ਹਾਂ ਨੇ ਇਸਲਾਮ ਦਾ ਪ੍ਰਚਾਰ ਕੀਤਾ ਹਨਾ। ਜਿਵੇਂ ਕਿ ਸ਼ੁਰੂਆਤ ਉਹਦੀ ਮੁਹੰਮਦ ਬਿਨ ਕਾਸਿਮ ਨੇ ਜਿਹੜਾ ਸਿੰਧ ਤੇ ਹਮਲਾ ਕਰਕੇ ਕੀਤੀ, ਉਸ ਸਮੇਂ ਸਿੰਧ ਦਾ ਰਾਜਾ ਦਾਹਿਰ ਸੀ, ਦਾਹਿਰ। ਤਾਂ ਆਪਣਾ 712 ਏਡੀ ਦੇ ਵਿੱਚ ਇਹ ਹਮਲਾ ਹੋਇਆ, ਉਦੋਂ ਬਾਅਦ ਫਿਰ ਹਮਲਿਆਂ ਦੀ ਲਾਈਨ ਹੀ ਲੱਗ ਗਈ, ਗਜਨਬੀ ਆ ਗਿਆ, ਗੌਰੀ ਆ ਗਿਆ, ਤੇ ਅੱਗੇ ਫਿਰ ਮੱਲੇ ਬਾਬਰ ਤੱਕ ਬਹੁਤ ਸਾਰੇ ਹਮਲੇ ਹੁੰਦੇ ਰਹੇ। ਤਾਂ 712 ਚ ਹਮਲੇ ਹੋਏ ਸੀ। ਅਲਬਰੂਨੀ ਭਾਰਤ ਕਦੋਂ ਆਇਆ ਜੀ, ਹਨਾ? ਅਲਬਰੂਨੀ ਆਇਆ ਕਿਹਦੇ ਨਾਲ ਸੀ? ਪਹਿਲੀ ਗੱਲ ਤਾਂ ਕੁਸ਼ਚਨ ਹੀ ਇਹ ਆ ਕਿ ਅਲਬਰੂਨੀ ਮਹਿਮੂਦ ਗਜਨਬੀ ਦੇ ਨਾਲ ਭਾਰਤ ਆਇਆ ਸੀਗਾ, ਹਨਾ? ਇੱਕ ਇਤਿਹਾਸਕਾਰ ਸੀ, ਇੱਕ ਲੇਖਾਕਾਰ ਸੀਗਾ, ਤੇ ਉਹ ਗਜਨਬੀ ਦੇ ਨਾਲ ਭਾਰਤ ਆਇਆ ਜਦੋਂ ਸੋਮਨਾਥ ਦੇ ਮੰਦਰਾਂ ਨੂੰ 1025 ਚ ਜਿੱਦਾ ਜਾਂ ਲੁੱਟਦਾ ਗਜਨੀ, ਤਾਂ ਉਹਦੇ ਸਾਰੀ ਡਿਸਕ੍ਰਿਪਸ਼ਨ ਇਹਨੇ ਦਿੱਤੀ ਹੋਈ ਆ। ਤਾਂ ਇਹ 11ਵੀਂ ਸਦੀ ਬਣਦੀ ਆ ਜੀ। ਤੁਸੀਂ ਜਾਣਦੇ ਹੋ ਕਿ 1000 ਤੋਂ ਲੈ ਕੇ 1027 ਤੱਕ ਗਜਨੀ ਨੇ 17 ਹਮਲੇ ਕੀਤੇ ਨੇ, ਮਹਿਮੂਦ ਗਜਨਬੀ ਨੇ, ਤਾਂ ਉਹਨਾਂ ਦੇ ਨਾਲ ਇਹ ਆਇਆ। ਤਾਂ 11ਵੀਂ ਸਦੀ ਹੀ ਬਣਦੀ ਹੈਗੀ ਇਹਦਾ ਜਿਹੜਾ ਸਹੀ ਆਂਸਰ ਆ। ਹਾਂਜੀ, ਮੁਹੰਮਦ ਗੌਰੀ ਦੇ ਕਿਸ ਗੁਲਾਮ ਨੇ ਬੰਗਾਲ ਤੇ ਬਿਹਾਰ ਨੂੰ ਜਿੱਤਿਆ ਸੀ? ਕਿਉਂਕਿ ਮੁਹੰਮਦ ਗੌਰੀ ਦੇ ਕਈ ਸਾਰੇ ਗੁਲਾਮ ਸੀ, ਉਹਨਾਂ ਚੋਂ ਕੁਤਬਦੀਨ ਐਬਕ ਵੀ ਇੱਕ ਗੁਲਾਮ ਸੀ, ਜ਼ਲਦੌਜ ਵੀ ਇੱਕ ਗੁਲਾਮ ਸੀ, ਨਾਸਰੂਦੀਨ ਕਬਾਚਾ ਵੀ ਇੱਕ ਗੁਲਾਮ ਸੀ, ਤੇ ਬਖਤਿਆਰ ਖਿਲਜੀ ਵੀ ਇੱਕ ਗੁਲਾਮ ਸੀ। ਇੱਥੇ ਸਾਡੇ ਕੋਲ ਸਹੀ ਆਪਸ਼ਨ ਹੈਗੇ ਜੀ, ਬਖਤਿਆਰ ਖਿਲਜੀ। ਬੰਗਾਲ ਨਲੰਦਾ ਯੂਨੀਵਰਸਿਟੀ ਨੂੰ ਵੀ ਬਖਤਿਆਰ ਖਿਲਜੀ ਨੇ ਹੀ ਨਸ਼ਟ ਕੀਤਾ ਸੀ। ਬਣਾਇਆ ਕਿਹਨੇ ਸੀ? ਕੁਮਾਰ ਗੁਪਤ ਨੇ ਬਣਾਇਆ ਸੀ, ਗੁਪਤਾਸ ਦੇ ਵਿੱਚੋਂ। ਖਤਮ ਕਿਹਨੇ ਕੀਤਾ ਸੀ? ਬਖਤਿਆਰ ਖਿਲਜੀ ਨੇ ਖਤਮ ਕੀਤਾ ਸੀ। ਤਾਂ ਸੀ ਆਪਸ਼ਨ ਇਹਦੀ ਸਹੀ ਆਪਸ਼ਨ ਆ ਜੀ। ਅੱਗੇ ਹੈਗਾ ਜੀ, ਕਿਸ ਦੇ ਰਾਜ ਵਿੱਚ ਮੰਗੋਲ ਪਹਿਲੀ ਵਾਰੀ ਸਿੰਧ ਨਦੀ ਦੇ ਕੰਢੇ ਤੇ ਦੇਖੇ ਗਏ ਸਨ? ਕਿਸ ਦੇ ਰਾਜ ਦੇ ਵਿੱਚ ਮੰਗੋਲ ਸਿੰਧ ਨਦੀ ਦੇ ਕੰਢੇ? ਇਹ ਹੈਗਾ ਜੀ ਇਲਤੁਤਮਿਸ਼। ਇਹਦੀ ਇੱਕ ਕੂਟਨੀਤੀ ਅੱਛੀ ਮੰਨੀ ਜਾਂਦੀ ਆ ਕਿ ਮੰਗੋਲ ਚੰਗੇਜ਼ ਖਾਨ, ਹਨਾ, ਜਲਾਲੂਦੀਨ ਇੱਕ ਰਾਜਾ ਸੀ, ਉਹਦਾ ਪਿੱਛਾ ਕਰਦਾ ਹੋਇਆ ਇੱਥੇ ਆਇਆ। ਜਲਾਲੂਦੀਨ ਨੇ ਇਲਤੁਤਮਿਸ਼ ਤੋਂ ਇੱਥੇ ਪਨਾਹ ਮੰਗੀ, ਪਰ ਇਲਤੁਤਮਿਸ਼ ਨੇ ਉਹਨੂੰ ਮਨ੍ਹਾ ਕਰਤਾ। ਇਸ ਤਰੀਕੇ ਨਾਲ ਰਾਜਨੀਤਿਕ ਇਸ ਕੂਟਨੀਤੀ ਦੇ ਨਾਲ, ਸਹੀ ਫੈਸਲੇ ਦੇ ਨਾਲ ਇਲਤੁਤਮਿਸ਼ ਨੇ ਮੰਗੋਲਾਂ ਤੋਂ ਹਿੰਦੁਸਤਾਨ ਨੂੰ ਬਚਾਇਆ ਸੀ। ਇਹਦੀ ਇੱਕ ਐਡਮਿਨਿਸਟ੍ਰੇਟਿਵ ਬਹੁਤ ਵੱਡੀ ਜਿੱਤ ਮੰਨੀ ਜਾਂਦੀ ਆ। ਅੱਗੇ ਚੱਲਦੇ ਹਾਂ ਜੀ, ਦਿੱਲੀ ਸਲਤਨਤ ਦੇ ਕਿਹੜੇ ਰਾਜਵੰਸ਼ ਨੇ ਸਭ ਤੋਂ ਘੱਟ ਸਮੇਂ ਲਈ ਰਾਜ ਕੀਤਾ? ਤਾਂ ਇਹ ਖਿਲਜੀਆਂ ਨੇ ਰਾਜ ਕੀਤਾ ਸੀਗਾ ਜੀ, 1296 ਤੋਂ ਲੈ ਕੇ 1320 ਤੱਕ, ਹਨਾ, ਰਾਜ ਕੀਤਾ। ਉਹਦੇ ਚੋਂ ਇੰਪੋਰਟੈਂਟ ਤਾਂ 1290 ਤੋਂ ਲੈ ਕੇ 1320 ਤੱਕ 30 ਸਾਲ ਰਾਜ ਰਿਹਾ, ਤੇ ਇੰਪੋਰਟੈਂਟ ਰਾਜ ਆ ਜਿਹੜਾ ਉਹ ਚੋਂ 1296 ਤੋਂ ਲੈ ਕੇ 1316 ਤੱਕ ਦਾ ਰਾਜ ਆ ਅਲਾਉਦੀਨ ਖਿਲਜੀ ਦਾ। ਠੀਕ ਹੈ ਜੀ, ਖਿਲਜੀਆਂ ਨੇ ਸਭ ਤੋਂ ਜਿਹੜਾ ਹੈਗਾ ਲੰਮਾ ਸਮਾਂ ਰਾਜ, ਸ਼ੋਰਟ ਟਾਈਮ ਰਾਜ ਕੀਤਾ ਸੀ ਦਿੱਲੀ ਸਲਤਨਤ ਦੇ ਵਿੱਚੋਂ। ਦਿੱਲੀ ਦੇ ਕਿਸ ਸੁਲਤਾਨ ਨੇ ਸਭ ਤੋਂ ਪਹਿਲਾਂ ਗਰੀ ਜਾਂ ਹਾਊਸ ਟੈਕਸ ਵਸੂਲਿਆ? ਗਰੀ ਆ ਬੇਸਿਕਲੀ ਇਹ, ਹਨਾ, ਚਰਾਹੀ ਤੇ ਗਰੀ ਦੋ ਟੈਕਸ ਲਗਾਏ ਗਏ ਸੀ। ਤਾਂ ਇਹ ਅਲਾਉਦੀਨ ਖਿਲਜੀ ਨੇ ਹੀ ਜਿਹੜਾ ਹੈਗਾ ਗਰੀ ਟੈਕਸ ਲਗਾਇਆ ਸੀਗਾ। ਚਰਾਹੀ ਟੈਕਸ ਵੀ ਸੀ ਇੱਕ, ਪਸ਼ੂਆਂ ਨੂੰ, ਪਸ਼ੂਆਂ ਤੇ ਲੱਗਣ ਜਾਣ ਵਾਲਾ ਟੈਕਸ, ਤੇ ਇੱਕ ਗਰੀ ਟੈਕਸ ਸੀਗਾ ਜੀ। ਅੱਗੇ ਚੱਲਦੇ ਹਾਂ ਜੀ, 1306 ਈਸਵੀ ਤੋਂ ਬਾਅਦ ਅਲਾਉਦੀਨ ਖਿਲਜੀ ਦੇ ਸਮੇਂ ਦੇ ਦੌਰਾਨ ਦਿੱਲੀ ਦੇ ਸੁਲਤਾਨ ਤੇ ਮੰਗੋਲਾਂ ਦੇ ਵਿਚਕਾਰ ਸੀਮਾ ਕੀ ਸੀ? ਇਹਦੇ 'ਚ ਜੀ ਜਿਹੜੀ ਸੀਮਾ ਸੀ ਇਹ ਸਿੰਧ ਸੀ, ਪਰ ਕੁਛ ਕਿਤਾਬਾਂ ਤੇ ਰਾਵੀ ਦਾ ਵੀ ਜ਼ਿਕਰ ਆਉਂਦਾ, ਪਰ ਐਕਚੁਅਲ ਦੇ ਵਿੱਚ ਜਿਹੜਾ ਸਹੀ ਸੀਮਾ ਸੀ ਉਹ ਸਿੰਧ ਸੀਗੀ। ਸਿੰਧ ਬੇਸਿਕ ਸੀਮਾ ਸੀਗੀ ਮੰਗੋਲਾਂ ਤੇ ਦਿੱਲੀ ਸਲਤਨਤ ਦੇ ਵਿਚਕਾਰ। ਠੀਕ ਹੈ ਜੀ, ਅੱਗੇ ਹੈਗਾ ਜੀ, ਅਮੀਰ ਏ ਕੋਹੀ ਕਿਹਨੇ ਇਹ ਨਵਾਂ ਡਿਪਾਰਟਮੈਂਟ ਇੰਟਰੋਡਿਊਸ ਕੀਤਾ ਸੀ? ਅਲਾਉਦੀਨ ਖਿਲਜੀ ਨੇ, ਫਿਰੋਜ਼ ਸ਼ਾਹ ਤੁਗਲਕ ਨੇ, ਮੁਹੰਮਦ ਬਿਨ ਤੁਗਲਕ ਨੇ, ਸਿਕੰਦਰ ਲੋਧੀ ਨੇ। ਤਾਂ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ ਮੁਹੰਮਦ ਬਿਨ ਤੁਗਲਕ ਨੇ, ਜਦੋਂ ਦਬਾਬ ਦੇ ਵਿੱਚ ਉਹਨੇ ਟੈਕਸ ਵਧਾ ਤੇ, ਉਹਨਾਂ ਉੱਥੇ ਸੋਕਾ ਪੈ ਗਿਆ, ਹਨਾ, ਤਾਂ ਟੈਕਸ ਲੋਕ ਦੇ ਨਹੀਂ ਸਕੇ, ਤਾਂ ਖਾਸ ਇੱਕ ਡਿਪਾਰਟਮੈਂਟ ਨਿਯੁਕਤ ਕੀਤਾ ਗਿਆ ਸੀ ਅਮੀਰ ਏ ਕੋਹੀ, ਖੇਤੀਬਾੜੀ ਨਾਲ ਜੁੜਿਆ ਹੋਇਆ ਸਿਸਟਮ ਸੀ। ਤਾਂ ਇਹ ਇੰਪੋਰਟੈਂਟ ਆ ਜੀ ਅਲਾਉਦੀਨ
ਆ ਸੋਰੀ ਮੁਹੰਮਦ ਬਿਨ ਤੁਗਲਕ ਨੇ ਇਹਨੂੰ ਸ਼ੁਰੂ ਕੀਤਾ ਸੀ। ਮੁਹੰਮਦ ਬਿਨ ਤੁਗਲਕ ਨੇ ਆਪਦੀ ਰਾਜਧਾਨੀ ਨੂੰ ਟਰਾਂਸਫਰ ਦਿੱਲੀ ਤੋਂ ਕਿੱਥੇ ਕੀਤਾ, ਇਹ ਤਾਂ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਦੌਲਤਾਬਾਦ, ਦੇਵਗਿਰੀ। ਦੇਵਗਿਰੀ ਨੂੰ ਉਹਨੇ ਨਾਮ ਦਿੱਤਾ ਦੌਲਤਾਬਾਦ ਦਾ, ਹਨਾ। ਚਲੋ ਜੀ, ਤੈਮੂਰ ਦੇ ਹਮਲੇ ਤੋਂ ਬਾਅਦ ਹੇਠ ਲਿਖੇ ਰਾਜਵੰਸ਼ਾਂ ਵਿੱਚੋਂ ਕਿਸਨੇ ਭਾਰਤ ਉੱਤੇ ਰਾਜ ਕੀਤਾ? ਤੈਮੂਰ ਨੇ ਹਮਲਾ ਕੀਤਾ ਸੀ 1398 ਦੇ ਵਿੱਚ, ਉਦੋਂ ਬਾਅਦ ਸੱਯਦ ਖਾਨਦਾਨ ਦਾ ਇੱਥੇ ਰਾਜ ਹੋਇਆ। ਸੱਯਦ ਖਾਨਦਾਨ ਦਾ ਜਿਹੜਾ ਮੋਢੀ ਸੀ ਉਹ ਤੈਮੂਰ ਦਾ ਗਵਰਨਰ ਰਿਹਾ, ਫਿਰ ਹੌਲੀ ਹੌਲੀ ਉਹਨੇ ਆਪਦੇ ਆਪ ਨੂੰ ਆਜ਼ਾਦ ਘੋਸ਼ਿਤ ਕਰਤਾ। ਤਾਂ ਸੱਯਦ ਖਾਨਦਾਨ ਦਾ ਰਾਜ ਸੀਗਾ ਜਿਹੜਾ, ਉਹ ਤੈਮੂਰ ਦੇ ਹਮਲੇ ਤੋਂ ਬਾਅਦ ਇੱਥੇ ਹੋਇਆ, ਤੈਮੂਰ ਦੀ ਮਦਦ ਨਾਲ ਹੀ ਹੋਇਆ ਬੇਸਿਕਲੀ। ਤਾਂ ਉਹੀ ਕੁਐਸਚਨ ਆ ਗਿਆ ਜਿਹਦੀ ਆਪਾਂ ਹੁਣੇ ਗੱਲ ਕੀਤੀ ਹੈ ਕਿ ਤੈਮੂਰ ਨੇ ਭਾਰਤ 'ਤੇ ਅਟੈਕ ਕਦੋਂ ਕੀਤਾ, ਤਾਂ ਉਹ ਤੁਸੀਂ ਜਾਣਦੇ ਹੋ 1398 ਦੇ ਵਿੱਚ ਅਟੈਕ ਕੀਤਾ ਸੀਗਾ ਤੈਮੂਰ ਨੇ ਭਾਰਤ 'ਤੇ। ਉਸ ਸਮੇਂ ਦਿੱਲੀ ਸਲਤਨਤ ਦਾ ਰਾਜਾ ਨਾਸਰੂਦੀਨ ਮਹਿਮੂਦ ਸ਼ਾਹ ਤੁਗਲਕ ਸੀ ਜੀ, ਨਾਸਰਉਦੀਨ ਮਹਿਮੂਦ ਸ਼ਾਹ ਤੁਗਲਕ ਸੀਗਾ, ਠੀਕ ਹੈ ਜੀ। ਇਹਨੂੰ ਧਿਆਨ 'ਚ ਰੱਖਣਾ ਤੁਸੀਂ। ਅੱਗੇ ਚੱਲ ਗਏ ਜੀ, ਸ਼ਰਬ ਟੈਕਸ ਆ ਜੀ, ਇੱਕ ਬੇਸਿਕਲੀ ਫਿਰੋਜ਼ਸ਼ਾਹ ਤੁਗਲਕ ਦੇ ਲਗਾਏ ਹੋਏ ਟੈਕਸਾਂ ਦੇ ਵਿੱਚੋਂ ਆ ਜੀ ਇਹ ਸ਼ਰਬ। ਸ਼ਰਬ ਇਰੀਗੇਸ਼ਨ ਲਈ, ਮਤਲਬ ਕਿ ਸਿੰਚਾਈ ਲਈ ਆ, ਪਾਣੀ 'ਤੇ ਲੱਗਿਆ ਹੋਇਆ ਟੈਕਸ ਆ। ਉਹਨੇ ਦੋ ਟੈਕਸ ਲਗਾਏ ਸੀ, ਖੇਤੀ ਵਾਲੇ ਪਾਣੀ 'ਤੇ ਅਤੇ ਘਰੇ ਯੂਜ਼ ਹੋਣ ਵਾਲੇ ਪਾਣੀ 'ਤੇ। ਤਾਂ ਜਿਹੜਾ ਸ਼ਰਬ ਆ ਉਹ ਇਰੀਗੇਸ਼ਨ ਲਈ, ਸਿੰਚਾਈ ਲਈ ਲੱਗਿਆ ਹੋਇਆ ਟੈਕਸ ਆ ਜੀ। ਅੱਗੇ ਜੀ, ਭਾਰਤ ਦੇ ਕਿਸ ਮੱਧਕਾਲੀ ਰਾਜੇ ਨੇ ਏਕਤਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ? ਤਾਂ ਇਹ ਤਾਂ ਤੁਸੀਂ ਜਾਣਦੇ ਹੋ ਕਿ ਇਲਤੁਤਮਿਸ਼ ਨੇ ਏਕਤਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਏਕਤਾ ਦਾ ਮਤਲਬ ਜ਼ਮੀਨ ਦਾ ਟੋਟਾ ਟੁਕੜਾ, ਅਧਿਕਾਰੀ ਨੂੰ ਏਕਤਾ ਜ਼ਮੀਨ ਦਾ ਟੁਕੜਾ ਦੇ ਦਿੱਤਾ ਜਾਂਦਾ ਸੀ, ਉਹ ਤੋਂ ਸੇਵਾਵਾਂ ਲੰਘਾ ਜਾਂਦੀਆਂ ਸੀ, ਅਤੇ ਉਹ ਜਿਹੜਾ ਹੈਗਾ ਅਧਿਕਾਰੀ ਕੋਲ ਉਸ ਏਕਤਾ ਜਾਂ ਜ਼ਮੀਨ ਤੋਂ ਟੈਕਸ ਵਗਰਾਉਣ ਦਾ ਹੱਕ ਉਹਨੂੰ ਮਿਲਦਾ ਸੀਗਾ। ਅੱਗੇ ਜੀ, ਹਿੰਦੀ ਅਤੇ ਫਾਰਸੀ ਦੋਨਾਂ ਭਾਸ਼ਾਵਾਂ ਦਾ ਕਰਤਾ ਜਾਂ ਸਰਵੈਂਟ ਸੀਗਾ, ਹਿੰਦੀ ਅਤੇ ਪਰਸ਼ੀਅਨ ਫਾਰਸੀ, ਹਨਾ। ਤਾਂ ਇਹ ਕੌਣ ਸੀ ਜੀ? ਅਮੀਰ ਖੁਸਰੋ। ਅਮੀਰ ਖੁਸਰੋ ਜੋ ਦਿੱਲੀ ਸਲਤਨਤ ਦੇ ਵਿੱਚ ਅਲਾਊਦੀਨ ਖਿਲਜੀ ਤੋਂ ਲੈ ਕੇ ਮੁਹੰਮਦ ਸ਼ਾਹ ਤੁਗਲਕ ਤੱਕ ਰਿਹਾ, ਬਹੁਤ ਤੂਤੀਏ ਹਿੰਦ ਕਿਹਾ ਜਾਂਦਾ, ਸਿਤਾਰ ਦੀ ਖੋਜ ਕੀਤੀ, ਕਵਾਲੀ ਦੀ ਖੋਜ ਕੀਤੀ, ਬੜਾ ਜਿਹੜਾ ਹੈਗਾ ਮਹਾਨ ਸ਼ਖਸੀਅਤ ਸੀ ਇੱਕ ਅਮੀਰ ਖੁਸਰੋ। ਤਾਂ ਇਹ ਹਿੰਦੀ ਅਤੇ ਪਰਸ਼ੀਅਨ ਦੋਨਾਂ ਦਾ ਜਿਹੜਾ ਜਾਣਕਾਰ ਸੀ ਜੀ। ਅੱਗੇ ਜੀ, ਤਬਾਕਤ ਏ ਨਾਸਰੀ ਕਿਸਨੇ ਲਿਖੀ ਆ ਜੀ? ਤਬਾਕਤ ਏ ਨਾਸਰੀ, ਤਾਂ ਦੱਸੋ ਵੀ ਕਿਸਨੇ ਲਿਖੀ ਆ ਤਬਾਕਤ ਏ ਨਾਸਰੀ? ਤਬਾਕਤ ਏ ਨਾਸਰੀ ਲਿਖੀ ਆ ਜੀ ਮਹਿਨਾਜ ਉਸ ਸਿਰਾਜ ਨੇ। ਦਾਸ ਵੰਸ਼ ਦੇ ਵਿੱਚ ਹੀ ਮਹਿਨਾਜ ਉਸ ਸਿਰਾਜ ਸੀ ਜੀ ਜਿਸਨੇ ਤਬਾਕਤ ਏ ਨਾਸਰੀ ਲਿਖੀ ਆ ਜੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ, ਤਾਰੀਖ ਏ ਫਿਰੋਜ਼ ਸ਼ਾਹੀ ਕਿਸਨੇ ਲਿਖੀ ਹੈ ਜੀ? ਤਾਰੀਖ ਏ ਫਿਰੋਜ਼ ਸ਼ਾਹੀ, ਤਾਂ ਇਹ ਲਿਖੀ ਹੈ ਜੀ ਜੈਉਦੀਨ ਬਰਨੀ ਨੇ। ਫਿਰੋਜ਼ ਸ਼ਾਹ ਤੁਗਲਕ ਦੀ ਜੀਵਨੀ ਕਿਹਾ ਜਾਂਦਾ ਇਹਨੂੰ। ਫਿਰੋਜ਼ ਸ਼ਾਹ ਤੁਗਲਕ ਬਾਰੇ ਸਾਨੂੰ ਕਾਫ਼ੀ ਸਾਰੀ ਜਾਣਕਾਰੀ ਮਿਲਦੀ ਆ ਜੈਉਦੀਨ ਬਰਨੀ ਦੀ ਲਿਖਤ ਤਾਰੀਖ ਏ ਫਿਰੋਜ਼ ਸ਼ਾਹੀ ਤੋਂ। ਤਾਂ ਬੀ ਆਪਸ਼ਨ ਇੱਥੇ ਸਹੀ ਆਪਸ਼ਨ ਆ ਜੀ। ਫਿਰ ਹੈਗਾ ਜੀ, ਸ਼ੇਖ ਨਿਜ਼ਾਮੂਦੀਨ ਔਲੀਆ ਕਿਸਦਾ ਚੇਲਾ ਸੀ? ਇਹ ਕੁਐਸਚਨ ਕਾਫ਼ੀ ਮਸ਼ਹੂਰ ਆ, ਸ਼ੇਖ ਨਿਜ਼ਾਮੂਦੀਨ ਔਲੀਆ ਕਿਸਦਾ ਚੇਲਾ ਸੀ? ਤਾਂ ਇਹ ਬਾਬਾ ਫਰੀਦ ਜੀ ਦਾ ਚੇਲਾ ਸੀ ਜੀ, ਸ਼ੇਖ ਨਿਜ਼ਾਮੂਦੀਨ ਔਲੀਆ। ਅੱਗੇ ਚੱਲਦੇ ਹਾਂ ਜੀ, ਇਹਨਾਂ ਨਾਲ ਹੀ ਜੁੜਿਆ ਹੋਇਆ ਕੁਐਸਚਨ ਆ, ਸ਼ੇਖ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਕਿੱਥੇ ਆ? ਜੇ ਤੁਸੀਂ ਮਿਊਜ਼ਿਕ ਨੂੰ ਪਸੰਦ ਕਰਦੇ ਹੋ, ਜੇ ਤੁਹਾਡਾ ਝੁਕਾਅ ਸੂਫੀ ਮਿਊਜ਼ਿਕ ਦੇ ਵਿੱਚ ਹੈ, ਤਾਂ ਤੁਸੀਂ ਦਿੱਲੀ ਦੇ ਵਿੱਚ ਜਾਇਓ, ਖਾਸ ਕਰਕੇ ਸ਼ੁੱਕਰਵਾਰ ਨੂੰ ਪੁਰਾਣੀ ਦਿੱਲੀ ਦੇ ਵਿੱਚ ਸ਼ੇਖ ਨਿਜ਼ਾਮੂਦੀਨ ਔਲੀਆ ਦੀ ਦਰਗਾਹ 'ਤੇ, ਤਾਂ ਤੁਹਾਨੂੰ ਕਮਾਲ ਦਾ ਮਿਊਜ਼ਿਕ, ਕਵਾਲੀਆਂ ਸੁਣਨ ਨੂੰ ਮਿਲਣਗੀਆਂ, ਠੀਕ ਹੈ ਜੀ। ਜਿਹੜੀ ਮੂਵੀ, ਕਈ ਸਾਰੀਆਂ ਮੂਵੀਜ਼ ਦੇ ਵਿੱਚ ਉਸ ਦਰਗਾਹ ਨੂੰ ਫਿਲਮਾਇਆ ਗਿਆ, ਜਿਵੇਂ ਕਿ ਰੌਕ ਸਟਾਰ ਮੂਵੀ ਆਈ ਸੀ ਰਣਬੀਰ ਕਪੂਰ ਦੀ, ਤਾਂ ਉਹਦਾ ਜਿਹੜਾ ਕੁਨ ਫਾਇਆ ਕੁਨ ਜਾਂ ਕਈ ਸਾਰੇ ਐਸੇ ਸੌਂਗਸ ਨੇ ਜਿਹੜੇ ਔਲੀਆ ਦੀ ਦਰਗਾਹ 'ਤੇ, ਰਣਬੀਰ ਕਪੂਰ ਦਾ ਵੀ ਇੱਕ ਸੌਂਗ ਸੀ ਜਿਹੜਾ ਉੱਥੇ ਫਿਲਮਾਇਆ ਗਿਆ ਸੀ। ਤਾਂ ਦਿੱਲੀ ਦੇ ਵਿੱਚ ਆ ਜੀ ਔਲੀਆ ਦੀ ਦਰਗਾਹ, ਹਾਂ ਜ਼ਰੂਰ ਜਾਓ ਅਤੇ ਜਿਹੜੀ ਹੈਗੀ ਆ ਪਰਮਾਤਮਾ ਦੀ ਸੰਗਤ ਦਾ ਆਨੰਦ ਮਾਣੋ। ਨੈਕਸਟ ਕੁਐਸਚਨ ਆ ਜੀ, ਫੇਮਸ ਸੰਤ ਸ਼ੇਖ ਸਲੀਮ ਚਿਸ਼ਤੀ ਕਿੱਥੇ ਰਹਿੰਦੇ ਸੀਗੇ ਜੀ? ਤਾਂ ਇਹ ਫਤਿਹਪੁਰ ਸਿਕਰੀ ਦੇ ਵਿੱਚ ਰਹਿੰਦੇ ਸੀਗੇ, ਸ਼ਿਲੇ ਸ਼ੇਖ ਸਲੀਮ ਚਿਸ਼ਤੀ ਫਤਿਹਪੁਰ ਸਿਕਰੀ ਦੇ ਵਿੱਚ ਇਹ ਰਹਿੰਦੇ ਸੀਗੇ ਜੀ, ਅਜਮੇਰ 'ਚ ਦਰਗਾਹ ਇਹਨਾਂ ਦੀ। ਜਪਤੀ ਸਿਸਟਮ ਵਾਜ ਇੰਟਰੋਡਿਊਸਡ ਬਾਏ, ਕਿਹਨੇ ਕੀਤਾ ਸੀ ਵੀ ਜਪਤੀ ਸਿਸਟਮ ਸ਼ੁਰੂ? ਵੈਸੇ ਤਾਂ ਸਹੀ ਆਪਸ਼ਨ ਇਹਦੀ ਹੈਗੀ ਆ ਅਕਬਰ, ਪਰ ਸਹੀ ਮਹਿਣੇ 'ਚ ਇਹਦਾ ਸਿਰੇ ਜਾਂਦਾ ਟੋਡਰ ਮੱਲ ਨੂੰ।
ਜ਼ਬਤੀ ਸਿਸਟਮ ਪਰਮਾਨੈਂਟ ਟੈਕਸ ਨੂੰ ਜਿਹੜਾ ਹੈਗਾ ਉਹਨਾਂ ਨੇ ਮਾਲਵਾ ਅਤੇ ਆਪਣਾ ਇਲਾਹਾਬਾਦ ਅਤੇ ਇੱਕ ਹੋਰ ਜਗ੍ਹਾ ਸੀ ਜਿੱਥੇ ਗੁਜਰਾਤ, ਠੀਕ ਹੈ ਜੀ, ਇਹਨਾਂ ਸਟੇਟਸ ਦੇ ਵਿੱਚ ਜ਼ਬਤੀ ਪ੍ਰਣਾਲੀ ਨੂੰ ਲਾਗੂ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਜ਼ਮੀਨਾਂ ਦੀ ਪੈਮਾਇਸ਼ ਕਰਕੇ ਟੈਕਸ ਨਿਸ਼ਚਿਤ ਕਰ ਦਿੱਤੇ ਗਏ ਸੀਗੇ। ਟੋਡਰਮੱਲ ਦਾ ਇਹ ਪਲੈਨ ਸੀਗਾ ਅਤੇ ਅਕਬਰ ਨੇ ਇਹਨੂੰ ਸ਼ੁਰੂ ਕੀਤਾ ਸੀਗਾ ਜੀ। ਨੈਕਸਟ ਚੱਲਦੇ ਹਾਂ ਜੀ। ਹਾਂ ਬਿਲਕੁਲ, ਉਹਦੇ 'ਤੇ ਕੁਐਸਚਨ ਆ ਗਿਆ ਕਿ ਟੋਡਰਮੱਲ ਦੀ ਪ੍ਰਸਿੱਧੀ ਕਾਹਦੇ 'ਚ ਸੀਗੀ, ਹੈ ਨਾ, ਤਾਂ ਪ੍ਰਸਿੱਧੀ ਇਹਨਾਂ ਦੀ ਲੈਂਡ ਰੈਵਨਿਊ 'ਚ ਹੀ ਸੀ, ਕਿਉਂਕਿ ਜ਼ਬਤੀ ਪ੍ਰਣਾਲੀ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਲੈਂਡ ਰੈਵਨਿਊ ਜ਼ਮੀਨ ਦੇ ਟੈਕਸ ਨਾਲ ਹੀ ਜੁੜਿਆ ਹੋਇਆ ਹੈ, ਜ਼ਬਤੀ ਪ੍ਰਣਾਲੀ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ, ਅੱਗੇ ਹੈਗਾ ਜੀ, ਹਾਂਜੀ, ਅਕਬਰ ਦੇ ਰਾਜ ਵਿੱਚ ਫੌਜੀ ਪ੍ਰਣਾਲੀ ਕਿਸ 'ਤੇ ਆਧਾਰਿਤ ਸੀਗੀ, ਕਿਹੜੀ ਚੀਜ਼ 'ਤੇ ਆਧਾਰਿਤ ਸੀ ਫੌਜੀ ਪ੍ਰਣਾਲੀ? ਤਾਂ ਤੁਸੀਂ ਜਾਣਦੇ ਹੋ ਕਿ ਮਨਸਬਦਾਰੀ, ਇਹ ਆਪਸ਼ਨ ਸਹੀ ਆਪਸ਼ਨ ਹੈ ਇਹਦੀ, ਮਨਸਬਦਾਰੀ ਸਿਸਟਮ 'ਤੇ ਹੀ ਫੌਜੀ ਪ੍ਰਣਾਲੀ ਆਧਾਰਿਤ ਸੀਗੀ। 10 ਤੋਂ ਲੈ ਕੇ 10,000 ਸੈਨਿਕਾਂ ਤੱਕ ਦਾ ਮਨਸਬਦਾਰ ਸਿਸਟਮ ਸੀਗਾ। ਉਹਦੇ 'ਚ ਲੋਕਾਂ ਨੂੰ ਜਿਹੜਾ ਹੈਗਾ ਸੈਨਿਕ ਦਿੱਤੇ ਜਾਂਦੇ ਸੀ ਅਤੇ ਉਹਨਾਂ ਦੇ ਬਦਲੇ ਉਹਨਾਂ ਨੂੰ ਤਨਖਾਹ ਜਾਂ ਜਾਗੀਰ ਦਿੱਤੀ ਜਾਂਦੀ ਸੀ, ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਸੀ, ਸੈਨਿਕਾਂ ਦਾ ਲੋੜ ਪੈਣ 'ਤੇ ਰਾਜਾ ਉਹਨਾਂ ਨੂੰ ਵਾਪਸ ਬੁਲਾ ਲੈਂਦਾ ਸੀਗਾ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ, ਤਾਂ ਮਨਸਬਦਾਰੀ ਸਿਸਟਮ ਸੈਨਾ ਸਿਸਟਮ ਸੀ ਜਿਹੜਾ ਅਕਬਰ ਨੇ ਠੀਕ ਕੀਤਾ, ਅਸਟੈਬਲਿਸ਼ ਕੀਤਾ ਸੀ। ਨੈਕਸਟ ਹੈਗਾ ਕੁਐਸਚਨ ਜੀ, ਦੀਨੇ ਇਲਾਹੀ ਨੂੰ ਲੈ ਕੇ, ਕਿ ਅਕਬਰ ਨੇ ਦੀਨੇ ਇਲਾਹੀ ਕਦੋਂ ਲਾਂਚ ਕੀਤਾ ਸੀ, ਜਾਂ ਤੁਸੀਂ ਕਹਿ ਸਕਦੇ ਹੋ ਕਿ ਕਦੋਂ ਸ਼ੁਰੂਆਤ ਕੀਤੀ ਸੀਗੀ ਦੀਨ ਏ ਇਲਾਹੀ ਦੀ ਅਕਬਰ ਦੁਆਰਾ। ਦੀਨ ਏ ਇਲਾਹੀ ਇੱਕ ਧਰਮ ਸੀ ਜੀ, ਜਿਹੜਾ ਕਿ ਅਕਬਰ ਨੇ ਚਲਾਇਆ ਸੀ। ਉਹਨੇ ਬੇਸਿਕਲੀ ਸਾਰੇ ਧਰਮਾਂ 'ਚੋਂ ਵਧੀਆ ਵਧੀਆ ਗੱਲਾਂ ਲੈ ਕੇ ਦੀਨ ਏ ਇਲਾਹੀ ਨਾਮ ਦਾ ਇੱਕ ਨਵਾਂ ਧਰਮ ਚਲਾ ਤਾ, ਜਿਹੜਾ ਕਿ ਉਹਨੇ ਫਤਿਹਪੁਰ ਸਿਕਰੀ ਇਬਾਦਤ ਖਾਨੇ ਦੇ ਵਿੱਚ ਚਲਾਇਆ ਸੀ, ਹੈ ਨਾ। ਕਹਿੰਦੇ ਆ ਵੀ ਆਪਣਾ ਕੀ ਨਾਮ ਸੀ ਤਾਂ ਬੀਰਬਲ ਨੇ ਸਭ ਤੋਂ ਪਹਿਲਾਂ ਇਹਨੂੰ ਅਪਣਾਇਆ ਸੀ 1582 ਈਸਵੀ ਦੇ ਵਿੱਚ। ਦੀਨ ਏ ਇਲਾਹੀ ਨੂੰ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਲਾਂਚ ਕੀਤਾ ਗਿਆ ਸੀ ਜਾਂ ਸਥਾਪਿਤ ਕੀਤਾ ਗਿਆ ਸੀ, ਇਹਦੀ ਘੋਸ਼ਣਾ ਕੀਤੀ ਗਈ ਸੀ, ਠੀਕ ਹੈ ਜੀ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਨੈਕਸਟ ਕੁਐਸਚਨ ਆਪਣਾ ਕੀ ਹੈ ਜੀ, ਵਿਚ ਆਫ ਦਾ ਫੋਲੋਇੰਗ ਹੈਜ਼ ਬਿਲਡ ਬਾਏ ਅਕਬਰ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਅਕਬਰ ਨੇ ਬਣਾਇਆ ਸੀਗਾ, ਹੈ ਨਾ। ਤਾਂ ਇੱਥੇ ਤੁਹਾਡੇ ਕੋਲ ਆਪਸ਼ਨ ਦੇ ਵਿੱਚ ਬੁਲੰਦ ਦਰਵਾਜ਼ਾ, ਜਾਮਾ ਮਸਜਿਦ ਆ, ਕੁਤਬ ਮਿਨਾਰ ਆ, ਤਾਜ ਮਹਿਲ ਆ, ਤਾਂ ਇਹਦੇ ਚੋਂ ਬੁਲੰਦ ਦਰਵਾਜ਼ਾ। ਬੁਲੰਦ ਦਰਵਾਜ਼ਾ ਕਿੱਥੇ ਆ ਬਈ? ਫਤਿਹਪੁਰ ਸਿਕਰੀ ਦੇ ਵਿੱਚ ਆ ਬੁਲੰਦ ਦਰਵਾਜ਼ਾ, ਜਿਹੜਾ ਕਿ ਅਕਬਰ ਨੇ, ਜਿਹੜਾ ਫਤਿਹਪੁਰ ਸਿਕਰੀ ਸ਼ਹਿਰ ਆ ਉਹ ਅਕਬਰ ਨੇ ਆਪਦੇ ਪੁੱਤਰ ਸਲੀਮ, ਜਹਾਂਗੀਰ, ਸ਼ੇਖੂ ਉਸਦੀ ਯਾਦ ਦੇ ਵਿੱਚ, ਤਿੰਨੋਂ ਇੱਕ ਹੀ ਬੰਦੇ ਦੇ ਨਾਮ ਨੇ, ਕਨਫਿਊਜ਼ ਨਹੀਂ ਹੋਣਾ, ਤਾਂ ਉਹਦੀ ਯਾਦ ਦੇ ਵਿੱਚ ਫਤਿਹਪੁਰ ਸਿਕਰੀ ਸ਼ਹਿਰ ਨੂੰ ਵਸਾਇਆ ਸੀ। ਉਹਨੂੰ ਆਪਦੀ ਰਾਜਧਾਨੀ ਵੀ ਬਣਾਇਆ ਸੀ, ਪਰ ਉੱਥੇ ਪਾਣੀ ਦੀ ਕਮੀ ਸੀ ਤਾਂ ਕਰਕੇ ਫਿਰ ਰਾਜਧਾਨੀ ਨੂੰ ਆਗਰੇ ਹੀ ਲੈ ਕੇ ਆਇਆ ਗਿਆ, ਤਾਂ ਦੂਜੀ ਰਾਜਧਾਨੀ ਮੰਨਿਆ ਜਾਂਦਾ ਮੁਗਲਾਂ ਦੀ ਉਹ ਅਕਬਰ ਦੇ ਸਮੇਂ। ਫਤਿਹਪੁਰ ਸਿਕਰੀ ਦੇ ਵਿੱਚ ਜਦੋਂ ਅਕਬਰ ਗੁਜਰਾਤ ਨੂੰ ਜਿੱਤਦਾ, ਉੱਥੇ ਪਹਿਲੀ ਵਾਰੀ ਪੁਰਤਗਾਲੀਆਂ ਨੂੰ ਮਿਲਦਾ, ਸਮੁੰਦਰ ਵੀ ਪਹਿਲੀ ਵਾਰੀ ਦੇਖਦਾ, ਤਾਂ ਉਸ ਗੁਜਰਾਤ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਬੁਲੰਦ ਦਰਵਾਜ਼ਾ ਬਣਾਇਆ ਗਿਆ ਫਤਿਹਪੁਰ ਸਿਕਰੀ ਦੇ ਵਿੱਚ। ਦੇਖਣ ਯੋਗ ਚੀਜ਼ ਆ, ਜੇ ਕਦੇ ਮੌਕਾ ਮਿਲੇਗਾ ਜ਼ਰੂਰ ਦੇਖਿਓ। ਹਾਂਜੀ, ਅਕਬਰ ਦੇ ਦਰਬਾਰ ਦੇ ਵਿੱਚ ਪਹਿਲਾ ਅੰਗਰੇਜ਼ ਕੌਣ ਆਇਆ ਸੀਗਾ ਜੀ? ਠੀਕ ਹੈ ਜੀ, ਇਹ ਰੌਲ ਫਿੰਚ ਸੀ ਜੀ, ਜਿਹੜਾ ਅਕਬਰ ਦੇ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਆਇਆ ਸੀਗਾ। ਫਿਰ ਜਿਵੇਂ ਤੁਸੀਂ ਹੌਂਗਕਿੰਗ ਦੀ ਜਾਂ ਰੌ ਦੀ ਗੱਲ ਕਰਦੇ ਹੋ, ਇਹ ਦੋਨੋਂ ਜਹਾਂਗੀਰ ਦੇ ਦਰਬਾਰ 'ਚ ਆਏ ਸੀ, ਪੀਟਰ ਮੁੰਡੀ ਸ਼ਾਹਜਹਾਂ ਦੇ ਦਰਬਾਰ 'ਚ ਆਇਆ ਸੀਗਾ। ਇੱਕ ਮਿੰਟ ਬਾਈ। ਹਾਂਜੀ, ਤਾਂ ਇਹ ਸਾਡਾ ਲਾਸਟ ਕੁਐਸਚਨ ਆ ਜੀ। ਚਲੋ, ਤਾਂ ਅੱਜ ਲਈ ਕਾਫੀ ਇਹਨਾਂ, ਅੱਜ ਲਈ ਅਸੀਂ ਕੁਐਸਚਨ 40 ਕੁਐਸਚਨ ਕੀਤੇ ਨੇ ਜੀ ਡਿਸਕਸ ਆਪਾਂ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਬਾਕੀ ਦੇ ਕੁਐਸਚਨ ਜਿਹੜੇ ਨੇ, 35 ਕੁਐਸਚਨ ਬਾਕੀ ਨੇ, ਉਹ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਤਾਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਇਹਨਾਂ ਨਾਲ ਸਹਿਮਤ ਹੋਵੋਗੇ, ਹੈ ਨਾ। ਜੇ ਕੋਈ ਤੁਹਾਡੀ ਇਨਕੁਆਇਰੀ, ਕੋਈ ਇਸ਼ੂ, ਕੋਈ ਤੁਹਾਡੀ ਆਪਦੀ ਰਹਿ, ਕੋਈ ਕਨਫਿਊਜ਼ਨ, ਹੈ ਨਾ, ਤਾਂ ਤੁਸੀਂ ਮੋਸਟ ਵੈਲਕਮ ਆ, ਤੁਸੀਂ ਆਪਦਾ ਰਾਏ ਸੁਝਾਅ ਭੇਜ ਸਕਦੇ ਹੋ। ਅਤੇ ਅੱਜ ਲਈ ਇੰਨਾ ਹੀ ਕਾਫੀ ਆ, ਮਿਲਦੇ ਹਾਂ ਆਪਾਂ ਨੈਕਸਟ ਲੈਕਚਰ ਦੇ ਵਿੱਚ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ, ਖੁਸ਼ ਰਹੋ, ਪੜ੍ਹਦੇ ਰਹੋ।